ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ, ਮੈਂ ਜਗਜੀਤ ਚਾਹਨਾ ਅਤੇ ਤੁਸੀਂ ਦੇਖ ਰਹੇ ਹੋ ਦੀ ਫਗਵਾੜਾ ਹੈਡਲਾਈਨ ਲਾਈਵ 'ਤੇ ਸਾਡੀ ਇਹ ਵਿਸ਼ੇਸ਼ ਪੇਸ਼ਕਸ਼। ਹਾਲ ਦੀ ਕੜੀ ਦੇ ਵਿੱਚ ਸ੍ਰੀ ਗੁਰੂ ਦਰਬਾਰ ਸਾਹਿਬ ਕਰਤਾਰਪੁਰ ਦੇ ਲਾਂਘੇ ਨੂੰ ਲੈ ਕੇ ਜੋ ਪਾਕਿਸਤਾਨ ਵੱਲੋਂ ਬਿਆਨ ਆਇਆ ਹੈ ਅਤੇ 28 ਨਵੰਬਰ ਨੂੰ ਜਿਸ ਦਾ ਉਦਘਾਟਨ ਹੋਣ ਦਾ ਕਿਹਾ ਗਿਆ ਹੈ, ਉਸ ਨੂੰ ਲੈ ਕੇ ਪੂਰੇ ਵਿਸ਼ਵ ਭਰ ਦੇ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ। ਹੋਵੇ ਵੀ ਕਿਉਂ ਨਾ, ਸਿੱਖ ਧਰਮ ਦੇ ਬਾਨੀ ਸੰਸਥਾਪਕ ਮਾਖਿਓ ਮਿੱਠੀ ਬਾਣੀ ਦੇ ਰਚੇਤਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਹ ਸਥਾਨ ਜਿੱਥੇ ਉਹਨਾਂ ਨੇ 18 ਸਾਲ ਆਪਣੇ ਜੀਵਨ ਦੇ ਅਹਿਮ ਹਿੱਸੇ ਨੂੰ ਬਿਤਾਇਆ, ਉਸ 'ਤੇ ਹੁਣ ਖੁੱਲ੍ਹੇ ਦਰਸ਼ਨ ਦੀਦਾਰ ਦਾ ਜੋ ਸੁਭਾਗ ਹੈ ਉਹ ਸੰਗਤ ਨੂੰ ਮਿਲੇਗਾ। ਅਤੇ ਸੰਗਤਾਂ ਵੀ ਹੁਣ ਬਹੁਤ ਬੇਕਰਾਰ ਨੇ ਉਸ ਅਸਥਾਨ ਬਾਰੇ ਜਾਣਨ ਲਈ ਕਿ ਜਿਸ ਅਸਥਾਨ 'ਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਮਹੱਤਵਪੂਰਨ ਦਿਨ ਬੀਤੇ ਸਨ। ਅਤੇ ਆਪਣੇ ਦਰਸ਼ਕਾਂ ਨੂੰ ਹੁਣ ਅਸੀਂ ਦੱਸਦੇ ਹਾਂ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ। ਨਾਰੋਵਾਲ ਜ਼ਿਲ੍ਹਾ ਪਾਕਿਸਤਾਨ ਦੇ ਵਿੱਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਹੈ, ਜੋ ਕਿ ਲਾਹੌਰ ਤੋਂ 120 ਕਿਲੋਮੀਟਰ ਦੂਰ ਹੈ। ਅਤੇ ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਡੇਰਾ ਬਾਬਾ ਨਾਨਕ ਤੋਂ ਲਗਭਗ 4 ਕਿਲੋਮੀਟਰ ਦੂਰੀ 'ਤੇ ਸਥਿਤ ਹੈ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ 4 ਉਦਾਸੀਆਂ ਨੂੰ ਕਰਕੇ ਇਸ ਸਥਾਨ 'ਤੇ ਪਹੁੰਚੇ ਤਾਂ ਇਹ ਰਮਣੀਕ ਸਥਾਨ ਉਹਨਾਂ ਨੂੰ ਬਹੁਤ ਵਧੀਆ ਲੱਗਾ ਅਤੇ ਇੱਥੇ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ 18 ਸਾਲ ਬਿਤਾਏ। ਇਸ ਸਥਾਨ ਨੂੰ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਦੀ ਉਸਾਰੀ ਕੀਤੀ ਅਤੇ ਇੱਕ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ। ਉਸ ਤੋਂ ਬਾਅਦ ਜਦੋਂ ਇਸ ਦੀ ਮੁੜ ਉਸਾਰੀ ਹੋਈ ਤਾਂ ਉਹ ਸੁਭਾਗ ਹਾਸਲ ਹੋਇਆ ਮਹਾਰਾਜਾ ਪਟਿਆਲਾ ਮਹਾਰਾਜਾ ਭੁਪਿੰਦਰ ਸਿੰਘ ਜੀ ਨੂੰ, ਜਿਨ੍ਹਾਂ ਨੇ ਕਿ 1,35,600 ਰੁਪਏ ਦੀ ਲਾਗਤ ਨਾਲ ਉੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਾਈ। ਅਤੇ ਤੀਸਰੀ ਵਾਰ ਇਸ ਜਗ੍ਹਾ ਦੀ ਮੁਰੰਮਤ ਹੋਈ 1995 ਵਿੱਚ, ਜਦੋਂ ਪਾਕਿਸਤਾਨ ਦੀ ਸਰਕਾਰ ਨੇ ਇਸ ਨੂੰ ਮੁਰੰਮਤ ਕੀਤਾ। ਇਸ ਦਰਬਾਰ ਦੇ ਵਿੱਚ 3 ਮੰਜ਼ਿਲਾ ਜੋ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਅਤੇ ਉਸ 'ਤੇ 4 ਦਰਵਾਜ਼ੇ ਨੇ ਜੋ ਕਿ ਹਰ ਧਰਮ ਦੇ ਲਈ ਖੁੱਲ੍ਹੇ ਨੇ। ਅਤੇ ਹੁਣ ਆਪਣੇ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹਾਂਗੇ, ਸਰੋਤਿਆਂ ਨੂੰ ਜਾਣਕਾਰੀ ਦੇਣਾ ਚਾਹਾਂਗੇ ਕਿ ਇਹ ਸਥਾਨ ਸਿੱਖ ਧਰਮ ਦਾ ਪਹਿਲਾ ਧਾਰਮਿਕ ਕੇਂਦਰ ਵਜੋਂ ਵੀ ਜਾਣਿਆ ਜਾਂਦਾ ਹੈ। ਇਸੇ ਸਥਾਨ 'ਤੇ ਭਾਈ ਲਹਿਣਾ ਜੀ ਦਾ ਸੰਪਰਕ ਹੋਇਆ ਗੁਰੂ ਨਾਨਕ ਦੇਵ ਜੀ ਨਾਲ ਅਤੇ ਇੱਥੇ ਹੀ ਉਹਨਾਂ ਨੇ ਭਗਤੀ ਕੀਤੀ ਔਰ ਬਾਅਦ ਵਿੱਚ ਭਾਈ ਲਹਿਣਾ ਜੀ ਬਣੇ ਸਿੱਖ ਧਰਮ ਦੇ ਦੂਸਰੇ ਗੁਰੂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ। ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ, ਵੰਡ ਛਕੋ ਅਤੇ ਕਿਰਤ ਕਰੋ ਸਿਧਾਂਤ, ਜੋ ਸੰਕਲਪ ਹੈ ਉਸ ਦੀ ਵੀ ਸਿਰਜਣਾ ਇਸੇ ਸਥਾਨ ਤੋਂ ਕੀਤੀ। ਅਤੇ ਗੁਰੂ ਦੇ ਪਿਆਰਿਓ, ਲੰਗਰ ਜੋ ਕਿ ਪੂਰੇ ਵਿਸ਼ਵ ਦੇ ਵਿੱਚ ਸਿੱਖਾਂ ਦੀ ਇੱਕ ਪਛਾਣ ਹੈ, ਇਸੇ ਸਥਾਨ ਤੋਂ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਅਤੇ ਸ਼ੁਰੂ ਕੀਤਾ ਵਿਸ਼ਵ ਦੇ ਵਿੱਚ ਇੱਕ ਬਰਾਬਰਤਾ ਦਾ, ਇੱਕ ਬਰਾਬਰੀ ਵਾਲਾ ਸੰਕਲਪ, ਜੋ ਕਿ ਅੱਜ ਪੂਰੇ ਵਿਸ਼ਵ ਦੇ ਲਈ ਸਿੱਖਾਂ ਨੂੰ ਆਪਣੀ ਇੱਕ ਵਿਸ਼ੇਸ਼ ਪਹਿਚਾਣ ਵੀ ਦਿਵਾਉਂਦਾ ਹੈ। ਇਸ ਸਥਾਨ 'ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਇਹ ਸਥਾਨ ਚਲੇ ਗਿਆ, ਹਾਲਾਂਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵੀਜ਼ੇ ਤੋਂ ਬਾਅਦ ਇਸ ਸਥਾਨ 'ਤੇ ਜਾਇਆ ਜਾ ਸਕਦਾ ਹੈ, ਪਰ ਫਿਰ ਵੀ ਖੁੱਲ੍ਹੇ ਦਰਸ਼ਨ ਦੀਦਾਰ ਦੀ ਮੰਗ ਅਤੇ ਖਾਸ ਤੌਰ 'ਤੇ ਸੰਤਾਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇਹ ਮੰਗ ਸੀ। ਗੁਰੂ ਦੇ ਪਿਆਰਿਓ, ਵਿਸ਼ਵ ਦੇ ਹਰ ਕੋਨੇ ਵਿੱਚ ਬੈਠਣ ਵਾਲਾ ਸਿੱਖ ਗੁਰਨਾਮ ਲੇਵਾ ਸੰਗਤ ਸਵੇਰੇ ਅਤੇ ਸ਼ਾਮ ਜਦੋਂ ਅਰਦਾਸ ਕਰਦੀ ਹੈ, ਅਰਦਾਸ ਵਿੱਚ ਵੀ ਆਉਂਦਾ ਹੈ ਉਹ ਗੁਰਧਾਮ ਅਤੇ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਦੇ ਖੁੱਲ੍ਹੇ ਦਰਸ਼ਨ ਦੀਦਾਰ ਦਾ ਸੁਭਾਗ ਖਾਲਸਾ ਜੀ ਨੂੰ ਬਖਸ਼ੋ। ਆਓ ਅਰਦਾਸ ਕਰੀਏ ਕਿ ਦੋਹਾਂ ਦੇਸ਼ਾਂ ਦੇ ਵਿੱਚ ਕਰਤਾਰਪੁਰ ਦੇ ਲਾਂਘੇ ਨੂੰ ਜੋ ਆ ਰਹੀ ਪਹਿਲਕਦਮੀ ਹੈ ਉਹ ਨੇਪੜੇ ਚਲੇ ਅਤੇ ਉਹ ਦਿਨ ਆਵੇ ਜਦੋਂ ਗੁਰੂ ਦੀ ਸੰਗਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਸ ਪਵਿੱਤਰ ਅਸਥਾਨ 'ਤੇ ਸਿੱਖ ਧਰਮ ਦੇ ਉਸ ਪਹਿਲੇ ਕੇਂਦਰ ਦੇ ਦਰਸ਼ਨ ਦੀਦਾਰੇ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਸਫਲਾ ਕਰਨ। ਜੇ ਵੀਡੀਓ ਤੁਹਾਨੂੰ ਪਸੰਦ ਹੈ ਤਾਂ ਵੱਧ ਤੋਂ ਵੱਧ ਸੰਗਤ ਨੂੰ ਇਸ ਨੂੰ ਸ਼ੇਅਰ ਕਰੋ ਤਾਂ ਕਿ ਗੁਰਦੁਆਰਾ ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਇਤਿਹਾਸ ਬਾਰੇ ਵੀ ਸੰਗਤ ਜਾਣੂ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।